ਪ੍ਰੋਬਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਕਲ ਅਜਨਾਲੇ ਵਾਲੀ ਘਟਨਾ ਤੋਂ ਬਾਅਦ ਪੰਜਾਬ ਡੀਜੀਪੀ ਦੇ ਵੱਲੋਂ ਵੱਡੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ तमाम ਜ਼ਿਲ੍ਹਿਆਂ ਦੇ ਐਸਐਸਪੀ ਔਰ ਜੇ ਗੱਲ ਕਰੀਏ ਤਾਂ ਡੀਆਈਜੀ ਔਰ ਡੀਜੀਪੀ ਰੈਂਕ ਦੇ ਅਧਿਕਾਰੀ ਮੌਜੂਦ ਸੀ ਤੇ ਜਿਸ ਦੇ ਵਿੱਚ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਔਰ ਵੱਡੀਆਂ ਹਦਾਇਤਾਂ ਜਿਹੜੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਇਹ ਵੀ ਗੱਲ ਕਹੀ ਗਈ ਹੈ ਕਿ ਥਾਣਿਆਂ ਦੇ ਵਿੱਚ ਮੈਨਪਾਵਰ ਅਗੇ ਨਾਲੋਂ 50% ਹੋਰ ਵਧਾਈ ਜਾਵੇ ਔਰ ਜਿਹੜੇ ਜ਼ਿਲ੍ਹੇ ਦੇ ਵਿੱਚ ਤਣਾ ਤੋਂ ਉਥੋਂ ਦੀ ਜਿਹੜੇ ਨਾਗਰਿਕ ਨੇ ਉਹਨਾਂ ਦੇ ਨਾਲ ਲੋਕ ਲਾਈਟਸ ਨੇ ਉਹਨਾਂ ਦੇ ਨਾਲ ਤੁਸੀਂ ਦੋਸਤਾਨਾ ਸਬੰਧ ਰੱਖੋ ਤੇ ਨਾਲ ਹੀ ਪੰਜਾਬ ਪੁਲਿਸ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਜਿਹੜੇ ਸ਼ਰਾਰਤੀ ਅਨਸਰ ਹਰੇਕ ਜ਼ਿਲ੍ਹੇ ਦੇ ਵਿੱਚ ਛੋਟੇ ਮੋਟੇ ਪਰਚੇ ਆਲੇ ਨੇ ਉਹਨਾਂ ਨੂੰ ਦੁਬਾਰੇ ਖੋਲੋ ਤੇ ਉਹਨਾਂ ਦੇ ਉੱਪਰ ਦੁਬਾਰੇ ਸ਼ਿਕੰਜਾ ਕਸਣ ਦੀ ਤਿਆਰੀ ਕਰੋ ਤਾਂ ਦੱਸ ਦੇ ਕਿ ਅਜਨਾਲੇ ਦੀ ਘਟਨਾ ਤੋਂ ਬਾਅਦ ਲਗਾਤਾਰ ਲਾਅਨ ਆਰਡਰ ਨੂੰ ਲੈ ਕੇ ਸਵਾਲ ਖੜੇ ਹੁੰਦੇ ਆ ਤੇ ਉਸ ਤੋਂ ਬਾਅਦ ਜਦ ਡੀਜੀਪੀ ਦੇ ਵੱਲੋਂ ਵੱਡੀ ਹੰਗਾਮੀ ਮੀਟਿੰਗਸ ਸੱਦੀ ਜਾਂਦੀ ਔਰ ਇਸ ਮੀਟਿੰਗ ਦੇ ਵਿੱਚ ਕੀ ਵਿਚਾਰ ਚਰਚਾ ਹੋਈ ਆ ਅਖੀਰਕਾਰ ਕੀ ਹਦਾਇਤਾਂ ਜਿਹੜੀਆਂ ਪੁਲਿਸ ਨੂੰ ਦਿੱਤੀਆਂ ਗਈਆਂ ਤਮਾਮ ਜਾਣਕਾਰੀ ਅਜਨਾਲੇ ਵਾਲੀ ਘਟਨਾ ਹੁੰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਲਾਅ ਐਂਡ ਆਰਡਰ ਦੇ ਸਵਾਲ ਖੜੇ ਹੁੰਦੇ ਆ ਤੇ ਡੀਜੀਪੀ ਪੰਜਾਬ ਦੇ ਵੱਲੋਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ ਅੱਜ ਵੀ ਇੱਕ ਵੱਡੀ ਮੀਟਿੰਗ ਕੀਤੀ ਜਾਂਦੀ ਹੈ ਤਾਂ ਕਿਹੜੇ ਵੱਡੇ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਬਿਲਕੁਲ ਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਬਹੁਤੇ ਜੋ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਕੱਲ ਪੰਜਾਬ ਪੁਲਿਸ ਦੀ ਕਿਰਕਰੀ ਹੋਈ ਹੈ ਕਿਉਂਕਿ ਜਿਸ ਜ਼ਿਲ੍ਹੇ ਦੇ ਨਾਲ ਥਾਣੇ ਦੇ ਵਿੱਚ ਹੀ ਆ ਕੇ ਇਹ ਇੱਕ ਹਮਲਾ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਜਿਸ ਜ਼ਿਲ੍ਹੇ ਦੇ ਨਾਲ ਇਹ ਪੂਰੀ ਵਾਰਦਾਤਾ ਹੁੰਦੀ ਹੈ ਨੇ ਪੂਰੇ ਸੀਨਸ ਬਣਦੇ ਨੇ ਇਸ ਦੇ ਉ ਹੋਰੇ ਸੀਗੇ ਪਰ ਉੱਥੇ ਦੂਸਰੇ ਪਾਸੇ ਜੇ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਤਾਂ ਡੀਜੀਪੀ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਉਹ ਤਮਾਮ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਵੇਖਦੇ ਹੋਏ ਅਸੀਂ ਕੋਈ ਐਕਸ਼ਨ ਨਹੀਂ ਲੈਂਦਾ ਤਾਂ ਹੁਣ ਉਸੇ ਤੋਂ ਬਾਅਦ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਉਰਾਨੇ ਖਾਸ ਤੌਰ ਦੇ ਉਤੇ ਮੀਟਿੰਗ ਸੱਦੀ ਸੀ ਆਈਜੀ ਮੌਜੂਦ ਸੀ ਡੀਆਈਜੀ ਮੌਜੂਦ ਸੀ ਐਸਐਸਪੀ ਮੌਜੂਦ ਸੀ ਔਰ ਵੀਡੀਓ ਕਾਨਫਰencing ਦੇ ਨਾਲ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਹੁਣ ਵੱਡਾ ਕਦਮ ਜੋ ਹੈ ਉਹ ਪੰਜਾਬ ਪੁਲਿਸ ਚੁੱਕਣ ਜਾ ਰਹੀ ਕਿਉਂਕਿ ਥਾਣਿਆਂ ਦੇ ਵਿੱਚ ਪੁਲਿਸ ਫੋਰਸ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿਉਂਕਿ ਪੁਲਿਸ ਫੋਰਸ ਜਿਹੜੀ ਹੈ ਉਹ ਕਿਉਂਕਿ ਥਾਣਿਆਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਕਿ ਘਟਪਾਈ ਕਿ ਜਾਂਦੀ ਹੈ ਬਹੁਤੀ ਡਿਊਟੀਆਂ ਜੋ ਨੇ ਉਹ ਵੀਆਈਪੀ ਡਿਊਟੀਆਂ ਦੇ ਵਿੱਚ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਭੇਜ ਦਿੱਤਾ ਜਾਂਦਾ ਹੈ ਜਿਸ ਦੇ ਚਲਦਿਆਂ ਹੋਏ ਆ ਪੁਲਿਸ ਫੋਰਸ ਦੇ ਉੱਤੇ ਖਾਸ ਤੌਰ ਦੇ ਉੱਤੇ ਧਿਆਨ ਦੇਣ ਦੀ ਉਹਨਾਂ ਨੇ ਗੱਲ ਕਹੀ ਹੈ ਇਸ ਤੋਂ ਇਲਾਵਾ ਡੀਜੀਪੀ ਦੇ ਵੱਲੋਂ ਵੱਖ-ਵੱਖ ਆਦੇਸ਼ ਜੋ ਨੇ ਉਹ ਆਪਣੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਤੇ ਐਸਐਸਪੀਜ਼ ਨੂੰ ਦਿੱਤੇ ਗਏ ਨੇ ਜਿਸ ਦੇ ਵਿੱਚ ਇੱਕ ਚੀਜ਼ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਗੈਂਗਸਟਰਵਾਦ ਔਰ ਡਰੱਗਸ ਨੂੰ ਖਤਮ ਕਰਨਾ ਹੈ ਔਰ ਕਹਿੰਦੇ ਕਿ ਆਤਿਕਵਾਦ ਦੇ ਉੱਤੇ ਵੀ ਟੈਰਰਿਜ਼ਮ ਦੇ ਉੱਤੇ ਵੀ ਕਹਿੰਦੇ ਅਸੀਂ ਲੜਾਈ ਲੜਨੀ ਹੈ ਪਾਕਿਸਤਾਨ ਦੀ ਲਗਾਤਾਰ ਕਹਿੰਦੇ ਡਿਸਟਰਬੈਂਸਸ ਕ੍ਰੀਏਟ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਚੱਲਦੇ ਹੋਇਆ ਅਸੀਂ ਪਾਕਿਸਤਾਨ ਦੀਆਂ ਇਹਨਾਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਉਸ ਨੂੰ ਅਸੀਂ ناکਾਮ ਕਰਨਾ ਹੈ ਔਰ ਉਸ ਦੇ ਉੱਤੇ ਖਾਸ ਤੌਰ ਦੇਤੇ ਧਿਆਨ ਦੇਣ ਦੀ ਉਹਨਾਂ ਨੇ ਗੱਲ ਕਹੀ ਹੈ ਔਰ ਨਾਲ ਹੀ ਸੀਨੀਅਰ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਨੇ ਕਿ ਤੁਸੀਂ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਜਾਓ ਵੱਖ-ਵੱਖ ਡਿਸਟ੍ਰਿਕਟਸ ਇਸ ਜਾ ਕੇ ਮੈਨ ਪਾਵਰ ਔਰ ਉੱਥੋਂ ਦੀ ਇਕਵਿਪਮੈਂਟ ਚੈੱਕ ਕੀਤੀ ਜਾਵੇ ਇਕਵਿਪਮੈਂਟ ਤੋਂ ਹੁਣ ਮੰਦਿਰਜੋਤ ਕੀ ਭਾਵ ਹੁੰਦਾ ਕਿਉਂਕਿ ਕੱਲ ਜਿਲ੍ਹੇ ਦੇ ਨਾਲ ਅਜਨਾਲਾ ਦੀ ਆਪਾਂ ਘਟਨਾ ਦੀ ਗੱਲ ਕਰ ਲਈਏ ਚੰਡੀਗੜ੍ਹ ਦੇ ਵਿੱਚ ਹੋਈ ਘਟਨਾ ਦੀ ਗੱਲ ਕਰ ਲਈਏ ਤਾਂ ਉੱਥੇ ਇਹੀ ਕਿਹਾ ਗਿਆ ਕਿ ਇੱਥੇ ਮੈਨ ਪਾਵਰ ਘੱਟ ਸੀਗੀ ਇੱਥੇ ਇਕਵਿਪਮੈਂਟ ਘੱਟ ਨਹੀਂ ਸੀਗੇ ਜੇਕਰ ਧਰਨੇ ਮੁਜ਼ਾਰੇ ਚੱਲ ਰਹੇ ਹੁੰਦੇ ਨੇ ਕੋਈ ਆ ਕੇ ਅਟੈਕ ਕਰਦਾ ਤਾਂ ਉਹਨਾਂ ਨੂੰ ਰੋਕਣ ਦੇ ਲਈ ਕਿ ਇਹੋ ਜੀ ਤੁਹਾਡੇ ਕੋਲ ਇਕਵਿਪਮੈਂਟਸ ਨੇ ਤੁਹਾਡੇ ਕੋਲ ਇਹੋ ਜਿਹੇ ਹਥਿਆਰ ਨੇ ਇਹ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਇਸ ਦੇ ਉੱਤੇ ਕੱਲ ਡੀਜੀਪੀ ਗੌਰਵ ਜਯਦਨ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਆਪਣੇ ਇਕਵਿਪਮੈਂਟਸ ਵਧਾ ਰਹੇ ਟ੍ਰੇਨਿੰਗ ਦੇ ਰਹੇ ਆਂ ਔਰ ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਆਂ ਤਾਂ ਇਹ ਚੀਜ਼ ਖਾਸ ਹੋ ਤਾ ਤੇ ਉਹਨਾਂ ਨੇ ਕਹੀ ਹੈ ਕਿ ਮੈਨਪਾਵਰ ਇੱਕ ਤਾਂ ਜਾ ਕੇ ਚੈੱਕ ਕੀਤੀ ਜਾਵੇ ਕਿਉਂਕਿ ਅਜਨਾਲਾ ਜਿਸ ਤਿੱਕ ਦੇ ਨਾਲ ਖਾਸ ਤੌਰ ਦੇ ਉਤੇ ਥਾਣੇ ਦੀ ਗੱਲ ਸੀਗੀ ਜਿਸ ਨਾਲੇ ਥਾਣੇ ਦੇ ਵਿੱਚ ਮੈਨ ਪਾਵਰ ਘੱਟ ਸੀਗੀ ਬਾਹਰਲੇ ਨਾਲ ਦੇ ਸੂਬਿਆਂ ਤੋਂ ਹੋਰ ਪਾਵਰ ਮੈਨ ਪਾਵਰ ਮੰਗਾਈ ਗਈ ਸੀ ਤਾਂ ਇਸ ਦੇ ਚਲਦਿਆਂ ਹੋਇਆ ਇਹ ਖਾਸ ਤੌਰ ਦੇ ਉਤੇ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਜਾ ਕੇ ਮੈਨ ਪਾਵਰ ਚੈੱਕ ਕਰੋ ਈਕੁਪਮੈਂਟ ਚੈੱਕ ਕਰੋ ਕਿ ਉਹਨਾਂ ਦੇ ਕੋਲ ਈਕੁਪਮੈਂਟਸ ਨੇ ਡਾਂਗਾ ਸ਼ੀਲਡਸ ਹੈਗੀਆਂ ਵੀ ਨਹੀਂ ਜਾਂ ਨਹੀਂ ਹੈ ਕਿ ਐਵੇਂ ਨਿਹੱਤੀ ਉੱਥੇ ਖੜੇ ਕਰ ਦਿੱਤਾ ਔਰ ਉਹਨਾਂ ਦੇ ਤਲਵਾਰਾ ਵੱਜ ਗਈਆਂ ਇਹ ਖਾਸ ਤੌਰ ਦੇ ਉਤੇ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਔਰ ਬੇਸਿਕ ਪੁਲਿਸਿੰਗ ਦਾ ਕਿਹਾ ਉਹਨਾਂ ਨੇ ਕੰਮ ਕਰੋ ਕਿਉਂਕਿ ਅਜੇ ਵੀ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਔਰ ਡਰ ਵੀ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਉਸ ਤੋਂ ਸਾਨੂੰ ਹਮੇਸ਼ਾ ਡਰੀ ਰਹੂਗਾ ਪਰ ਉਹ ਕਹਿੰਦੇ ਕਿ ਤੁਸੀਂ ਇੱਕ ਫ੍ਰੈਂਡਲੀ এনवायरमेंट ਬਣਾਓ ਆਮ ਨਾਗਰਿਕਾਂ ਨੂੰ ਕੰਫਰਟ ਜ਼ੋਨ ਦੇ ਵਿੱਚ ਲੈ ਕੇ ਆਓ ਕਿ ਪੁਲਿਸ ਕੋਈ ਖਤਰਨਾਕ ਨਹੀਂ ਹੈਗੀ ਬਲਕਿ ਤੁਹਾਡੀ ਮਦਦ ਦੇ ਵਾਸਤੇ ਹੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਸਟੇਸ਼ਨਸ ਦੇ ਵਿੱਚ ਮੈਨਪਾਵਰ ਯਾਨੀ ਕਿ ਜਿਹੜੇ ਮੁਲਾਜ਼ਮ ਘਟ ਨੇ ਉਹਨਾਂ ਨੂੰ ਵਧਾਇਆ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਔਰ ਹਰ ਇੱਕ ਪੁਲਿਸ ਸਟੇਸ਼ਨ ਦੇ ਵਿੱਚ 50% ਮੈਨਪਾਵਰ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ ਪੁਲਿਸ ਸਟੇਸ਼ਨਸ ਦੇ ਵਿੱਚ ਔਰ ਇੱਕ ਜਿਹੜੀ ਖਾਸ ਤੌਰ ਤੇ ਤੇ ਗੱਲ ਕਹੀ ਹੈ ਐਸਐਚਓਜ਼ ਨੂੰ ਕਿਹਾ ਹੈ ਕਿ ਜਿਹੜੇ ਵੀ ਪੁਰਾਣੇ ਹਿਸਟਰੀ ਸ਼ੀਟਰਸ ਨੇ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਹੋਇਆ ਹੈ ਜਿਨ੍ਹਾਂ ਦੇ ਉੱਤੇ ਕੋਈ ਪਰਚੇ ਨੇ ਜਿਹੜੇ ਜ਼ਮਾਨਤ ਦੇ ਉੱਤੇ ਬਾਹਰ ਆਏ ਹੋਏ ਨੇ ਜਾਂ ਪਰੋਲ ਦੇ ਉੱਤੇ ਬਾਹਰ ਆਏ ਹੋਏ ਨੇ ਉਹਨਾਂ ਤਮਾਮ ਲੋਕਾਂ ਦੀ ਮ ਬਾਇਓ ਡਾਟਾ ਕੱਢਿਆ ਜਾਵੇ ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾਵੇ ਕਿਉਂਕਿ ਜਿਸ ਤਰ੍ਹਾਂ ਮੁਹਾਲੀ ਦੇ ਵਿੱਚ ਇਹ ਮੁੱਲਾ ਵੱਡਣ ਵਾਲੀ ਗੱਲ ਸਾਹਮਣੇ ਆਈ ਹੈ ਜੋ ਇਹ ਗੁਰੀ ਮੁੰਡਾ ਤੇਜਾ ਮੁੰਡਾ ਔਰ ਉਸ ਦੇ ਉੱਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਉਹਨਾਂ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਹਿਸਟਰੀ ਸ਼ੀਟਰਸ ਉਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਕਰ ਰਹੇ ਨੇ ਕਿਉਂਕਿ ਜੇ ਇਸ ਦੇ ਉੱਤੇ ਨਿਗਾਹ ਹੁੰਦੀ ਜੇ ਪੁਲਿਸ ਨੂੰ ਪਤਾ ਹੁੰਦਾ ਐਸਐਚਓ ਨੂੰ ਪਤਾ ਹੁੰਦਾ ਕਿ ਆਹ ਮੁੰਡਾ ਆਹ ਗੁਰੂ ਮੁੰਡਾ ਜਿਸ ਦੇ ਉੱਤੇ ਕੇਸ ਹੈ ਇਹ ਬਾਹਰ ਜ਼ਮਾਨਤ ਦੇ ਉੱਤੇ ਆਇਆ ਹੋਇਆ ਹੈ ਅੱਗੇ ਕੋਈ ਐਕਟੀਵਿਟੀ ਕਰ ਸਕਦਾ ਤਾਂ ਇਸ ਦੇ ਉੱਤੇ ਚੈੱਕ ਜਿਹੜਾ ਹੈਗਾ ਉਹ ਜ਼ਰੂਰ ਪੁਲਿਸ ਦੇ ਵੱਲੋਂ ਰੱਖਿਆ ਜਾਣਾ ਸੀਗਾ ਲੇਕਿਨ ਇਸ ਦੇ ਵਿੱਚ ਇਹ ਵੀ ਗੱਲ ਹੈ ਕਿ ਜਦੋਂ ਕੱਲ ਜਿਹੜੀ ਜਨਾਲੇ ਘਟਨਾ ਹੋਈਦੀ ਤਾਂ ਉਸ ਦੇ ਵਿੱਚ ਪ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਪਰ ਜੇ ਗੱਲ ਕਰੀਏ ਤਾਂ ਦੂਜੇ ਪਾਸੇ ਕਈ ਵੀ ਐਂਗਲ ਦੇਖਣ ਨੂੰ ਮਿਲ ਰਿਹਾ ਕਿ ਆਖਰਕਾਰ ਫਿਰ ਸੀਆਈਡੀ ਜਿਹੜੀ ਹੈ ਉਹ ਕਿੱਥੇ ਸੀ ਉਹ ਕਿਵੇਂ ਪਹੁੰਚ ਗਿਆ ਕਿ ਇੰਨੇ ਹਜ਼ਾਰ ਜਿਹੜੇ ਉੱਥੇ ਸਿੰਘ ਆਣਗੇ ਇੰਨੇ ਇੰਨੇ ਜਿਹੜੇ ਸੈਕੰਡਰੀ ਦੀ ਤਦਾਦ ਦੇ ਵਿੱਚ ਉਹਨੇ ਹੱਥ ਦੇ ਵਿੱਚ ਦਾਗਾਂ ਆਉਣੀਆਂ ਤਲਵਾਰ ਆਉਣੀਆਂ ਤਾਂ ਇਹ ਸਾਰੀ ਸੀਆਈਡੀ ਵੇਖ ਤੇ ਕਿਤਨਾ ਕਿਤੇ ਫੇਲ ਹੋਈ ਹੈ ਕਿਉਂਕਿ ਇੱਕੋਦਮ ਉਹ ਘਰ ਤੋਂ ਉੱਠ ਕੇ ਜਾਂ ਜੇ ਆਪਾਂ ਕਹੀਏ ਕੋਈ ਚੌਪਰ ਦੇ ਤਾਂ ਆਈ ਨਹੀਂ ਹੈਗੇ ਉਹ ਸੜਕੀ ਰਾਸਤੇ ਤੇ ਆਏ ਨੇ ਇੰਨੇ ਕਿਲੋਮੀਟਰ ਰਸਤਾ ਤੈਅ ਕਰਕੇ ਆਏ ਨੇ ਜਨਾਲੇ ਜੱਲੂਪੁਰ ਖੇੜਾ ਤੋਂ ਤੇ ਉਸ ਤੋਂ ਬਾਅਦ ਇਹ ਵੀ ਚੀ ਜਾਣੇ ਉਹ ਆ ਰਹੇ ਨੇ ਕਿੰਨੀ ਤਦਾਦ ਦੇ ਵਿੱਚ ਹੋਣਗੇ ਤਾਂ ਕਿ ਪੁਲਿਸ ਸਾਹਿਬ ਦਾ ਬਚਾਅ ਕਰ ਸਕਦੀ ਹੈ ਉਹਨਾਂ ਉੱਥੇ ਰੋਕਿਆ ਜਾਂਦਾ ਜਾਂ ਪਾਲਕੀ ਸਾਹਿਬ ਕੱਢਣ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਨਾਜ਼ਰਬੰਦ ਕੀਤਾ ਜਾ ਸਕਦਾ ਹੈ ਬਿਲਕੁਲ ਮਨਦੀਪ ਜੂਤ ਖਾਸ ਤੌਰ ਦੇ ਉੱਤੇ ਇੰਟੈਲੀਜੈਂਸ ਦਾ ਫੇਲਿਅਰ ਹੈਗਾ ਇੰਟੈਲੀਜੈਂਸ ਜਿਨ੍ਹਾਂ ਨੇ ਇਨਪੁਟਸ ਦੇਣੀਆਂ ਹੁੰਦੀਆਂ ਨੇ ਕਿ ਕਿੰਨਾ ਇਕੱਠ ਹੋ ਸਕਦਾ ਹੈ ਹਾਲਾਂਕਿ ਜ਼ਰੂਰ ਇਹਨਾਂ ਦੇ ਕੋਲ ਇੰਟੈਲੀਜੈਂਸ ਇਨਪੁਟਸ ਸੀਗਾ ਤਾਂ ਹੀ 700 ਦੇ ਕਰੀਬ ਜੋ ਪੁਲਿਸ ਫੋਰਸ ਹੈ ਉਹ ਵੀ ਡਿਪਲੋਏ ਕੀਤੀ ਹੋਈ ਸੀ ਪਰ ਇਹ ਨਹੀਂ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵੀ ਨਾਲ ਆ ਸਕਦੀ ਹੈ ਕਿਉਂ ਪੰਜਾਬ ਪੁਲਿਸ ਇਹ ਕਹਿ ਰਹੀ ਹੈ ਕਿ ਸਾਡੇ ਨਾਲ ਧੋਖਾ ਕੀਤਾ ਗਿਆ ਸਾਨੂੰ ਕਿਹਾ ਸੀ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਾਂਗੇ ਪਰ ਆ ਕੇ ਉਹ ਸਿੱਧੇ ਤੌਰ ਦੇ ਉੱਤੇ ਪੁਲਿਸ ਸਟੇਸ਼ਨ ਦੇ ਉੱਤੇ ਹੀ ਹਮਲਾ ਕਰ ਦਿੰਦੇ ਨੇ ਉੱਥੇ ਦੂਸਰੇ ਪਾਸੇ ਅਮਰਿਤਪਾਲ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਆ ਰਹੇ ਸੀ ਪਰ ਪੁਲਿਸ ਦੇ ਵੱਲੋਂ ਹੀ ਵਾਇਲੈਂਸ ਕ੍ਰੀਏਟ ਕੀਤਾ ਗਿਆ ਸਾਡੇ ਬੰਦਿਆਂ ਨੂੰ ਰੋਕਿਆ ਗਿਆ ਬਿਆਜ਼ ਦੇ ਕੋਲੋਂ ਦੀਆਂ ਗੱਡੀਆਂ ਡਾਕ ਦਿੱਤੀਆਂ ਤਾਂ ਇਸ ਦੇ ਚੱਲਦੇ ਹੋਏ ਸਾਨੂੰ ਇਹ ਕਦਮ ਚੁਕਣਾ ਪਿਆ ਪਰ ਜਿਹੜੀ ਹੁਣ ਡੀਜੀਪੀ ਦੇ ਹਦਾਇਤਾਂ ਨੇ ਜਿਸ ਤਿੱਕੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੁਰਾਣੇ ਹਿਸਟਰੀ ਸ਼ੀਟਰਸ ਨੇ ਉਹਨਾਂ ਦੀ ਇਨਕੁ ਗੁੱਡ ਕੰਡਕਟ ਹੋਵੇਗਾ ਬਾਹਰ ਆ ਕੇ ਵਧੀਆ ਗੁੱਡ ਕੰਡਕਟ ਕਰ ਰਹੇ ਹੋਣਗੇ ਪਰ ਪੁਰਾਣੇ ਹਿਸਟਰੀ ਸ਼ੀਟਰ ਜਿੰਨੇ ਵੀ ਨੇ ਉਹਨਾਂ ਸਬਦਾਂ ਜਿਹੜਾ ਹੈਗਾ ਉਹ ਹੁਣ ਕੁੰਡਲੀਆਂ ਜਿਸ ਤਿੱਕ ਦਾ ਕਹਿੰਦੇ ਨੇ ਕਿ ਉਹ ਖੋਲੀਆਂ ਜਾਣਗੀਆਂ ਉਹ ਫਰੋਲੀਆਂ ਜਾਣਗੀਆਂ ਔਰ ਉਹਨਾਂ ਨੂੰ ਕੱਢਿਆ ਜਾਏਗਾ ਔਰ ਇਸ ਦੇ ਨਾਲ ਨਾਲ ਐਸਐਸਪੀਜ਼ ਨੇ ਕਿਹਾ ਕਿ ਤੁਸੀਂ ਮੰਥਲੀ ਐਸਐਸਪੀ ਨੂੰ ਕਿਹਾ ਕਿ ਤੁਸੀਂ ਮੰਥਲੀ ਬੇਸ ਦੇ ਉੱਤੇ ਹੁਣ ਤੁਸੀਂ ਕ੍ਰਾਈਮ ਦੀ ਸਾਰੀ ਇਨਫੋਰਮੇਸ਼ਨ ਲੈਣੀ ਹੈ ਹਰ ਡਿਸਟ੍ਰਿਕਟ ਦੇ ਐਸਐਸਪੀ ਨੂੰ ਕਿਹਾ ਕਿ ਤੁਸੀਂ ਇਨਫੋਰਮੇਸ਼ਨ ਲਓਗੇ ਹੁਣ ਕੀ ਤੁਹਾਡੇ